असी सानू बड़ी वड्डी कामयाबी उदों मिली जदों मनदीप उर्फ मोना अते जसविंदर सिंह उहदे पति है उहनू साडी पुलिस पार्टी उत्तराखंड चों अरैसट करन च कामयाब हुई। ए मनदीप मोना ते जसविंदर सिंह उत्तराखंड सब तो पहला भी की करन गए सी? असल दे विच इन्हां सारे दोषियां ने एक वारदात तो पहला ये आपदी सुख सुखी सी भी जे साडी कामयाब हो जानी है कुछ ने केदारनाथ हरिद्वार अते हेमकुंट साहब जाण दा इन्हां दा ये सी ते ये वारदात इन्हां दी कामयाबी मिलन तो बाद ये मनदीप ते जसविंदर है जिहड़े इहदे विच हेमकुंट साहब दे विच जाके आपदी सुख लाउण लई गए सी ते उहदे विच जिहड़ी ये गल होई भी गए तां ये सी शुकराने दी सुख लाउण लई। जदों उह पहुंचण तों पहलां इन्हां नूं मैसेज मिल गया कि तुहाडे कोई साथी गिरफ्तार हो गए, फिर इन्हां ने मत्था टेकिया उत्ते जाके हेमकुंट साहब मत्था टेकिया ते आ जिहड़ी फोटो है हेमकुंट साहब दे उत्थे मत्था टेकण तों बाद दी फोटो है जदों थोड़ी थोड़ी किनमिन हो रही सी ते पर उहदे च इन्हां ने मत्था भुल बखशाउण लई टेकिया, फिर भी जिहड़ी साथों भुल हो गई शुकराने की बजाए जिहड़ी इन्हां वल्लों भुल होई सी उस भुल दा इन्हां ने मत्था टेकिया। एक्चुअल दे विच जिहड़ी आपां तुहानूं पहलां डिस्कस कीता सी भी दो मोड्यूल सी, इहदे विच पंज जणे कार दे विच सी, कार वाले मोड्यूल नूं मनदीप उर्फ मोना लीड कर रही सी, दूजे पासे जिहड़ा हैगा मनजिंदर उर्फ मनी जिहड़ा CMS कंपनी दे विच 4 साल तों पक्का इंप्लाई है ਉਹ ਉਸ ਦੂਜੇ ਗਰੁੱਪ ਨੂੰ ਲੀਡ ਕਰ ਰਿਹਾ ਸੀ ਤੇ ਉਹਦੇ ਵਿੱਚ ਜਦੋਂ ਇਹ ਵਾਰਦਾਤ ਤੋਂ ਬਾਅਦ ਇਹ ਸਾਰੇ ਜਿਹੜੇ ਇਹਨਾਂ ਨੂੰ ਜਿਹੜਾ ਹੈਗਾ ਗੋਪਾ ਨਾਂ ਦਾ ਲੜਕਾ ਜਿਹੜਾ ਹਜੇ ਵਾਂਟਡ ਹੈ ਇਹਦੇ ਤੁਸੀਂ ਤਿੰਨ ਜਿਹੜੇ ਮੈਂ ਤੁਹਾਨੂੰ ਹਜੇ ਲਿਖਾਉਣਾ ਹੈ ਜਿਹੜੇ ਵਾਂਟਡ ਹੈ ਉਹਦੇ 'ਚ ਹੈਗਾ ਅਰਨ ਕੋਚ ਨੰਨੀ ਐਂਡ ਗੋਪਾ ਇਹ ਜਿਹੜੇ ਤਿੰਨ ਜਣੇ ਵਾਂਟਡ ਹੈ। ਅਸਲ ਦੇ ਵਿੱਚ ਜਦੋਂ ਇਹਨਾਂ ਨੂੰ ਗੋਪਾ ਉਸ ਦਿਨ ਕਾਰ ਜਿਹੜੀ ਵਾਰਦਾਤ ਹੋਈ ਸੀ ਗੋਪਾ ਕਾਰ 'ਚ ਉਤਾਰ ਕੇ ਅੱਗੇ ਚਲਿਆ ਗਿਆ ਸੀ, ਅੱਗੇ ਜਾਣ ਤੋਂ ਬਾਅਦ ਫਿਰ ਕਾਰ ਵਾਪਸ ਲੈ ਗਿਆ ਸੀ। ਵਾਰਦਾਤ ਹੋਣ ਤੋਂ ਬਾਅਦ ਗੋਪਾ ਉਹਨੂੰ ਜਿਹੜਾ ਅਸੀਂ ਜਿਹੜਾ ਅਗਲਾ ਤੀਜਾ ਬੰਦਾ ਅਰੈਸਟ ਕੀਤਾ ਦੋਸ਼ੀ ਗੌਰਵ ਉਰਫ ਗੁਲਸ਼ਨ ਉਹ ਵਾਰਦਾਤ ਵਿੱਚ ਸ਼ਾਮਿਲ ਨਹੀਂ ਸੀ, ਪਰ ਜਦੋਂ ਲੈਣ ਆਏ ਸੀ ਕਾਰ ਦੇ ਵਿੱਚ ਬਰਨਾਲੇ ਤੋਂ ਉਹ ਉਹਨਾਂ ਦੇ ਨਾਲ ਬੈਠ ਕੇ ਆਇਆ ਸੀ। ਉਹਨੇ ਨੰਨੀ ਅਤੇ ਅਰਨ ਕੋਚ ਨੂੰ ਬੱਸ ਸਟੈਂਡ ਇੱਥੇ ਆਪਣੇ ਲੁਧਿਆਣੇ ਉਹਦੇ ਵਿੱਚੋਂ ਕਾਰ ਦੇ ਵਿੱਚ ਪਿੱਕ ਕੀਤਾ। ਕਾਰ ਵਿੱਚ ਪਿੱਕ ਕਰਨ ਤੋਂ ਬਾਅਦ ਕਿਉਂਕਿ ਜਿੱਧਰ ਕੈਸ਼ ਵੈਨ ਲੈ ਗਈ ਸੀ ਕਿਉਂਕਿ ਇਹ ਖਿੜ ਕੇ ਜਦੋਂ ਚਲੇ ਗਏ ਸੀ ਜਦੋਂ ਵਾਰਦਾਤ ਤੋਂ ਬਾਅਦ ਕੈਸ਼ ਵੈਨ ਤੋਂ ਜਾਣ ਤੋਂ ਬਾਅਦ ਇੱਕ ਵਾਰੀ ਕੈਸ਼ ਵੈਨ ਉੱਥੇ ਖੜ੍ਹੀ ਕਰਨ ਤੋਂ ਬਾਅਦ ਤੁਰ ਕੇ ਵੱਖ ਵੱਖ ਆਪਦੇ ਆ ਗਏ ਸੀ। ਜਿਹੜਾ ਅਰਨ ਅਤੇ ਨੰਨੀ ਕੋਚ ਹੈ ਉਹ ਬੱਸ ਸਟੈਂਡ 'ਤੇ ਆ ਗਏ ਸੀ, ਇਹਨਾਂ ਨੇ ਆਪਦਾ ਤਾਲਮੇਲ ਕਰਕੇ ਉੱਥੋਂ ਕਾਰ ਉੱਧਰੋਂ ਆ ਗਈ, ਕਾਰ ਦੇ ਵਿੱਚ ਬੈਠੇ ਅਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਾਰ ਦੇ ਵਿੱਚ ਬੈਠ ਕੇ ਵਾਇਆ ਰਾਏਕੋਟ ਅਤੇ ਵਾਪਸ ਲੈ ਕੇ ਜਾ ਕੇ ਜਿਹੜਾ ਕੈਸ਼ ਇਹਨਾਂ ਨੇ ਉੱਥੇ ਰੱਖਿਆ ਸੀਗਾ ਜਿਹੜਾ ਪਹਿਲਾਂ ਖਤਾਨ ਦੇ ਵਿੱਚ ਜਿੱਥੇ ਕਿ ਕੁਛ ਜਣਿਆਂ ਨੇ ਕਵਰ ਕੀਤਾ ਸੀ ਸੜਕ ਤੋਂ ਪਾਸੇ ਜਾ ਕੇ ਜਿਹੜੇ ਝਾੜੀਆਂ ਦੇ ਵਿੱਚ ਜਾ ਕੇ ਕੈਸ਼ ਲਾਤਾ ਸੀ, ਜਿਹੜੀ ਕੈਸ਼ ਵੈਨ ਗਈ ਸੀ ਉਹ ਪਿੰਡ ਦਾ ਨਾਂ ਭੁੱਲ ਗਿਆ ਟੱਟ ਪਿੰਡ ਦੇ ਵਿੱਚ ਨੇੜੇ ਜਾ ਕੇ ਜਿਹੜਾ ਕੈਸ਼ ਵੈਨ ਲਾਇਆ ਸੀ ਵੈਨ ਨੂੰ ਵਾਪਸ ਲੁਧਿਆਣੇ ਵੱਲ ਨੂੰ ਮੂੰਹ ਕਰਕੇ ਖੜ੍ਹਾ ਕਰ ਦਿੱਤਾ ਗਿਆ ਸੀ। ਇਹ ਵਾਪਸ ਜਾ ਕੇ ਉਹਦੇ ਵਿੱਚੋਂ ਕੈਸ਼ ਲੱਦ ਕੇ ਕੁਛ ਕੈਸ਼ ਜਿਹੜਾ ਜਿੰਨਾ ਸੀ ਆਪਦਾ ਬੰਦਾ ਇਹਨਾਂ ਨੇ ਸੋਚਿਆ ਸੀ ਹਿੱਸਾ ਕਿਉਂਕਿ ਗਿਣਿਆ ਤਾਂ ਹੈ ਨਹੀਂ ਸੀ, ਬੈਗ ਲੱਦ ਕੇ ਅਤੇ ਉਹ ਵਾਪਸ ਉਹਦੇ ਵਿੱਚ ਚਲੇ ਗਏ ਸੀ ਬਰਨਾਲੇ। ਅਤੇ ਉਹ ਜਿਹੜੀ ਕੈਸ਼ ਵਾਲੀ ਕਾਰ ਹੈ ਉਹ ਮਨਦੀਪ ਮੋਨਾ ਨੇ ਜਿੱਥੇ ਲਵਾਈ ਸੀ ਉਹਦੇ ਭੱਜੇ ਜਾਣ ਤੋਂ ਬਾਅਦ ਅਸੀਂ ਫੜ ਲਈ, ਰਿਕਵਰ ਹੋ ਗਈ। ਹੁਣ ਇਹਨਾਂ ਦੇ ਵਿੱਚੋਂ ਜਿਹੜਾ ਹੁਣ ਜਿਹੜੇ ਫੜੇ ਹੈ ਇਹਨਾਂ ਦੇ ਵਿੱਚੋਂ ਮਨਦੀਪ ਉਰਫ ਮੋਨਾ ਤੋਂ 12 ਲੱਖ ਰੁਪਇਆ, ਇਹ 12 ਲੱਖ ਰੁਪਇਆ ਇਹਦੇ ਮਦਰ ਦਾ ਸਕੂਟਰ ਹੈ ਜਿਹਦਾ ਜਿਹੜਾ ਸਕੂਟਰ ਦੇ ਵਿੱਚ ਡਿੱਕੀ ਦੇ ਵਿੱਚ ਪਿਆ ਗੁਜਰਾਂ ਪਿੰਡ ਦਿੜਬੇ ਤੋਂ ਅਸੀਂ ਉਹਨੂੰ ਰਿਕਵਰ ਕੀਤਾ। ਜਿਹੜਾ ਇਹਦੇ 'ਚ ਹੈਗਾ ਗੁਲਸ਼ਨ ਗੌਰਵ ਦੋਸ਼ੀ ਗੌਰਵ ਉਰਫ ਗੁਲਸ਼ਨ ਉਹਨੂੰ ਗਿੱਦੜਵਾ ਤੋਂ ਅੱਜ ਗ੍ਰਿਫਤਾਰ ਕੀਤਾ।
ਉਹਦੇ ਵਿੱਚ ਉਹਨੂੰ ਅਸੀਂ ਗਿੱਦੜਵਾਹ ਤੋਂ ਉਹਨੂੰ ਅਰੈਸਟ ਕੀਤਾ। ਹੁਣ ਇਹਦੇ ਵਿੱਚ ਜਿਹੜੀ ਲਗਭਗ ਪਹਿਲਾਂ 5,75,00,000 ਅਤੇ ਹੁਣ 21 ਲੱਖ ਹੋਰ ਇਹ ਕੈਸ਼ ਇੰਨਾ ਰਿਕਵਰ ਹੋ ਚੁੱਕਿਆ। ਹਜੇ ਪਹਿਲੇ ਦੋਸ਼ੀਆਂ ਦਾ ਅੱਜ ਕੋਰਟ 'ਚ ਪੇਸ਼ ਕੀਤੇ ਸੀ, 4 ਦਿਨ ਦਾ ਰਿਮਾਂਡ ਮਿਲ ਗਿਆ। ਇਹਨਾਂ ਨੂੰ ਅਸੀਂ ਜਾ ਕੇ ਪੇਸ਼ ਕਰਾਂਗੇ ਅੱਜ। ਇਹ ਜਿਹੜੀ ਹੈ ਲੇਟ ਨਾਈਟ ਜਦੋਂ ਮੱਥਾ ਟੇਕ ਕੇ ਵਾਪਸ ਆ ਰਹੇ ਸੀ ਉਦੋਂ ਸਾਡੀ ਪੁਲਿਸ ਪਾਰਟੀ ਨੇ, ਜਿਹਦੇ ਵਿੱਚ ਇੰਸਪੈਕਟਰ ਕੁਲਵੰਤ ਸਿੰਘ ਅਤੇ ਇੰਸਪੈਕਟਰ ਬੇਅੰਤ ਜਨੇਜਾ ਜਿਹੜੇ ਹੈ ਉਹਨਾਂ ਨੇ ਉੱਥੋਂ ਜਾ ਕੇ ਹੇਮਕੋਟ ਦੇ ਰਸਤੇ ਤੋਂ ਇਹਨਾਂ ਨੇ ਇਹਨਾਂ ਨੂੰ ਉਹਦੇ ਰਸਤੇ ਦੇ ਵਿੱਚ ਫੜ ਲਿਆ ਅਤੇ ਉਸ ਤੋਂ ਬਾਅਦ ਆ ਕੇ ਉਹਦੇ ਤੋਂ ਪੁੱਛਗਿੱਛ ਇਨੀਸ਼ਲ ਕੀਤੀ ਸਾਡੇ ਕੋਲ। ਇਹਨਾਂ ਦੇ ਪਰਿਵਾਰ ਦੇ ਵਿੱਚੋਂ ਬੰਦਿਆਂ ਨੂੰ ਅਸੀਂ ਕੁਛ ਕੁ ਨੂੰ ਰਿਸ਼ਤੇਦਾਰੀ ਵਿੱਚੋਂ ਬੰਦਿਆਂ ਨੂੰ ਰੋਪ ਇਨ ਕਰ ਲਿਆ ਸੀ, ਜਿਹਨੇ ਹੁਲੀਆ ਦੱਸਿਆ ਸੀ ਵੀ ਇਸ ਟਾਈਪ ਦੇ ਕੱਪੜੇ ਪਾਏ ਹੋ ਸਕਦੇ ਆ, ਜਿਹਦੇ ਵਿੱਚੋਂ ਇਹਦੇ ਵਿੱਚ ਉਹਨੂੰ ਇਹਦੇ ਸਨੀਕਰਸ ਬਾਰੇ ਦੱਸਿਆ ਗਿਆ ਸੀ ਖਾਸ ਤੌਰ 'ਤੇ ਵੀ ਕਿਸ ਟਾਈਮ ਦੇ ਜਿਹੜੇ ਸਨੀਕਰਸ ਆ ਜਿਹੜੀ ਮਨਦੀਪ ਮੋਨਾ ਨੇ ਜਿਹੜੇ ਪਾਏ ਹੋਏ ਆ ਚੌੜੇ ਚਿੱਟੇ ਫਲੈਟ ਵਾਲੇ ਅਤੇ ਪਿੰਕ ਐਂਡ ਪਲੱਸ ਵਾਈਟਿਸ਼ ਕਲਰ ਵਾਲੇ ਜਿਹੜੇ ਸਨੀਕਰ ਆ ਉਹ ਪਾਏ ਹੋਏ ਆ ਅਤੇ ਉਹਦੇ ਬਾਰੇ ਸਾਰੀ ਡਿਟੇਲ ਜਿੰਨੀ ਜਿੰਨੀ ਸਾਨੂੰ ਕੱਪੜਿਆਂ ਤੋਂ ਜਿਹੜੀ ਦਿੱਤੀ ਵੀ ਸੀ ਡਿਟੇਲ, ਉਸ ਡਿਟੇਲ ਦੇ ਹਿਸਾਬ 'ਤੇ ਇਹਨਾਂ ਨੂੰ ਫੜਨ 'ਚ ਕਾਮਯਾਬ ਹੋਏ ਆ। ਇਹ ਹੁਣ ਤੱਕ ਜਿਹੜਾ ਇਹਨੂੰ ਕਹਿ ਦਿਓ ਵੀ 5,75,00,000 ਰੁਪਇਆ ਅਤੇ ਪਲੱਸ ਜਿਹੜਾ 21 ਲੱਖ ਰੁਪਇਆ ਜਿਹੜਾ ਇਹਨਾਂ ਤੋਂ ਹਜੇ ਆ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਹਜੇ ਪੇਸ਼ ਕਰਨਾ। ਅਸੀਂ ਇਹਨਾਂ ਦਾ ਲੰਮਾ ਰਿਮਾਂਡ ਲੈ ਕੇ, ਕਿਉਂਕਿ ਹਰ ਦੋਸ਼ੀ ਨੂੰ ਇਹ ਜਦੋਂ ਲੱਗਦਾ ਦੂਜਾ ਦੋਸ਼ੀ ਨਹੀਂ ਫੜਿਆ ਜਾਂਦਾ। ਜਿਵੇਂ ਇਹਨਾਂ ਨੇ ਜਾਣਾ ਤਾਂ ਇਹ ਸੀਗਾ ਸ਼ੁਕਰਾਨਾ ਕਰਨ ਜਿਹੜਾ, ਅਤੇ ਮੰਗ ਕੇ ਆ ਗਏ ਮਾਫ਼ੀ, ਉਹਦੇ ਵਿੱਚ ਜਦੋਂ ਕਿ ਦੂਜੇ ਸਾਥੀ ਦਾ ਪਤਾ ਲੱਗਿਆ, ਜਦੋਂ ਇੱਕ ਦੂਜੇ ਦੇ ਸਾਥੀ ਫੜਿਆ ਦਾ ਇਹਨਾਂ ਦੀ ਕ੍ਰੋਸ ਕੁਐਸਚਨਿੰਗ ਦਾ ਜਦੋਂ ਆਪਸ 'ਚ ਡਿਟੇਲ ਪਤਾ ਲੱਗੂਗੀ ਫਿਰ ਅੱਗੇ ਪੜਤਾਲ ਕਰਾਂਗੇ। ਨਹੀਂ ਹਜੇ ਦੇਖੋ 3 ਦੋਸ਼ੀ ਬਾਕੀ ਹੈ ਅਤੇ ਇਹਦੇ ਵਿੱਚੋਂ ਹਜੇ ਪੈਸਾ ਦੱਸਣ ਵਾਲਾ ਤਾਂ ਟਾਈਮ ਹੀ ਨਹੀਂ ਮਿਲਿਆ ਹੈਗਾ। ਸਾਡੀ ਪਾਰਟੀ ਲੈ ਕੇ ਆਈ ਹੈ ਅਤੇ ਇਮੀਡੀਏਟਲੀ ਅਸੀਂ ਤੁਹਾਨੂੰ ਇੱਥੇ ਇਨਫੋਰਮ ਕਰਤਾ, ਹਜੇ ਕੋਰਟ 'ਚੋਂ ਪੇਸ਼ ਕਰਕੇ ਪਾਰਟੀ ਨੇ ਟੋਟਲ ਨਾਈਟ ਦੇ ਵਿੱਚ ਡਰਾਈਵ ਕਰਦੇ ਆਏ ਹੈ, ਟੋਟਲ ਡੇ ਐਂਡ ਨਾਈਟ 24 ਆਵਰ, ਜਿਵੇਂ ਮੈਂ ਤੁਹਾਨੂੰ ਕਿਹਾ ਸੀ ਵੀ ਅਸੀਂ ਸੌਣਾ ਨਹੀਂ। ਅਤੇ ਸੱਚਮੁੱਚ ਇਹ ਸਾਬਤ ਕਰਤਾ ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ ਵੀ ਉਹ ਸੁੱਤੇ ਨਹੀਂ ਅਤੇ ਇਹਨਾਂ ਨੂੰ ਫੜ ਕੇ ਲਿਆਂਦਾ। ਅਤੇ ਇਹ ਵੀ ਸਾਨੂੰ ਮਾਣ ਸੀ ਸਾਡੀ ਟੀਮ ਦੇ ਉੱਤੇ, ਜਿਹੜੇ ਅਫਸਰ ਇੱਥੋਂ ਬੈਠ ਕੇ ਇਕੱਲੀ ਇਕੱਲੀ ਚੀਜ਼ ਮੋਨੀਟਰ ਕਰ ਰਹੇ ਸੀ ਇਹਨਾਂ ਦੀ, ਇਹਦੇ ਵਿੱਚ ਸਾਨੂੰ ਜਿਹੜੀ ਕਾਊਂਟਰ ਇੰਟੈਲੀਜੈਂਸ ਦੀ ਬਹੁਤ ਵੱਡੀ ਮਦਦ ਹੋਈ, ਪਰ ਉਸ ਮਦਦ ਦੇ ਨਾਲ ਨਾਲ ਹਿਊਮਨ ਇੰਟੈਲੀਜੈਂਸ ਨੇ ਇਹਦੇ 'ਚ ਐਡਾ ਵੱਡਾ ਰੋਲ ਅਦਾ ਕੀਤਾ, ਕਿਉਂਕਿ ਇਹ ਅਵੇਅਰ ਸੀ ਇਸ ਗੱਲ ਦੇ ਵਿੱਚ ਵੀ ਅਸੀਂ ਮੋਬਾਈਲ ਨਹੀਂ ਯੂਜ਼ ਕਰਨਾ ਗਾ। ਇੱਕ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਕੀਤਾ ਸੀ। ਕੁਛ ਲੈਵਲ 'ਤੇ ਕੁਛ ਕੁ ਬੰਦਿਆਂ ਦਾ ਮੈਨੂੰ ਮੈਸੇਜ ਆਇਆ ਸੀ ਵੀ ਕੀ ਵਾਇਰਲੈਸ ਸੈੱਟ ਚਾਲੂ ਕੀਤਾ ਗਿਆ ਸੀ ਜਾਂ ਹੋਰ, ਸਾਡੀ ਜਾਣਕਾਰੀ ਦੇ ਵਿੱਚ ਨਹੀਂ, ਪਰ ਜੇ ਕਿਸੇ ਦੀ ਤੁਹਾਡੀ ਜਾਣਕਾਰੀ 'ਚ ਜ਼ਰੂਰ ਉਹ ਵਾਇਰਲੈਸ ਸੈੱਟ ਵਾਲੀ ਗੱਲ ਵੀ ਸਾਂਝੀ ਕਰਿਓ ਜੇ ਵੀ, ਜੋ ਸੋ ਕਿ ਅਸੀਂ ਪੜਤਾਲ ਨੂੰ ਉਹੋ ਜਿਹਾ ਰੂਪ ਦੇ ਸਕੀਏ ਜਾਂ ਅੱਗੇ ਪੜਤਾਲ ਵਧਾ ਸਕੀਏ।